हेलो एवरी वन वेलकम यू ऑल इन योर ओन चैनल लर्न एवरीथिंग सो नैक्सट अं करा रोल्स थ्यूरम बहुत ज़्यादा इंपॉर्टेंट है एंड बहुत ज़्यादा ही ईजी है देखो रोल्स थ्यूरम ने बोलिया कि फंक्शन एफ़ है कॉन्टिन्यूअस है क्लोज इंटरबल पर डिफरेंशिएबल है ओपन इंटरबल पर एंड एफ ऑफ ए इक्वल टू एफ ऑफ बी है ਠੀਕ ਹੈ ਦੈਨ ਯੂ ਆਰ ਗਰੰਟਡ ਹੈ ਕਿ ਏਟਲੀਸਟ ਵਨ ਵੈਲਿਊ ਸੀ ਦੀ ਹੋਏਗੀ ਸੋਪਨ ਇੰਟਰਵਲ اے ਦੇ ਵਿੱਚ ਸੱਚ ਤੇ ਤੁਹਾਡੇ ਡੈਰੀਵੇਟਿਵ ਉਸ ਫੰਕਸ਼ਨ ਦਾ ਕੀ ਹੋਏਗਾ ਉਸ ਪੁਆਇੰਟ ਤੇ ਜ਼ੀਰੋ ਹੋਏਗਾ ਮਤਲਬ ਇਹ ਵਾਲੇ ਪੁਆਇੰਟ ਜਿੱਥੇ ਡੈਰੀਵੇਟਿਵ ਜ਼ੀਰੋ ਹੋ ਗਿਆ ਨੋ ਸਲੋਪ ਠੀਕ ਹੈ ਸੋ ਰੋਲ ਥੀਰਮ ਦੀ ਸਭ ਤੋਂ ਵੱਡਾ ਸਟੇਟਮੈਂਟ ਕਲੀਅਰ ਹੋ ਗਈ ਕੋਈ ਫੰਕਸ਼ਨ ਹੈ ਕੰਟੀਨਿਊਸ ਹੈਗਾ ক্লোਜ਼ਡ ਇੰਟਰਵਲ ਦੇ ਡਿਫਰੈਂਸ਼ੀਏਬਲ ਹੈਗਾ ਓਪਨ ਇੰਟਰਵਲ ਦੇ ਐਫ ਆਫ ਏ ਇਕੁਅਲ ਟੂ ਐਫ ਆਫ ਬੀ ਹੈ ਦੈਨ ਅਸੀਂ ਕਹਿੰਦੇ ਆ ਕਿ ਇੱਕ ਪੁਆਇੰਟ ਸੀ ਹੋਏਗਾ ਸੋਪਨ ਇੰਟਰਵਲ ਜਿੱਥ ਤੁਸੀਂ ਪਹਿਲਾਂ ਕੰਟੀਨਿਉਟੀ ਚੈੱਕ ਕਰਨੀ ਉਹ ਕਲੋਜ਼ਡ ਇੰਟਰਵਲ ਦੇ ਡਿਫਰੈਂਸ਼ੀਅਬਿਲਟੀ ਓਪਨ ਇੰਟਰਵਲ ਦੇ ਚੈੱਕ ਕਰਨੀ f(a) ਦੇਖਣਾ ਇਕੁਅਲ ਟੂ f(b) ਹੈ ਮਤਲਬ ਪੁਆਇੰਟਸ ਪੁੱਟ ਕਾ ਦੇਣੇ ਫੰਕਸ਼ਨ ਚ ਦੇਖ ਲੈਣੀ ਬਰਾਬਰ ਆਂਦਾ ਉਹਨਾਂ ਫੰਕਸ਼ਨ ਜੇ ਹੋਏਗਾ ਸਭ ਕੁਝ ਦਾ ਰੂਲ ਥੀਰਮ ਜਿਹੜੀ ਆ ਵੈਰੀਫਾਈ ਹੁੰਦੀ ਆ ਤਾਂ ਉੱਥੇ 1.c ਇਦਾਂ ਦਾ ਹੋਏਗਾ ਜੇ ਉੱਤੇ ਉਹ ਫੰਕਸ਼ਨ ਕੀ ਹੋਏਗਾ ਡੈਰੀਵੇਟਿਵ ਕੀ ਹੋਏਗਾ ਜ਼ੀਰੋ ਕਲੀਅਰ ਨੈਕਸਟ ਕੁਐਸਚਨ ਦੇਖੋ ਕੁਐਸਚਨ ਆ ਸਾਨੂੰ f(x) ਦਿੱਤਾ ਹੈ x x 2 x 1 on, on interval 0 02 डिफाइंड इन इंटरवल 0 8 ओके ਸਭ ਤੋਂ ਪਹਿਲਾਂ ਤਾਂ ਫੰਕਸ਼ਨ ਦੇਖੋ ਜੇ ਮੈਂ ਇਸ ਇੰਟਰਵਲ ਦੇ ਵਿੱਚ 1 ਲੈ ਲਵਾਂ ਤਾਂ 1 1 0 ਤੇ ਇਨਫਿਨਟੀ ਬਣ ਜਾਏਗਾ ਫਿਰ ਤਾਂ ਫੰਕਸ਼ਨ ਹੈ ਨਾ ਤਾਂ ਇਹਦਾ ਮਤਲਬ ਇਹ ਤਾਂ ਫੰਕਸ਼ਨ ਡਿਫਾਈਨਡ ਹੈ ਹੀ ਨਹੀਂ ਸੋ ਰੋਲਸ ਥਿਊਰਮ ਤਾਂ ਇੱਥੇ ਐਪਲੀਕੇਬਲ ਹੀ ਹੈ ਨਹੀਂ ਪਹਿਲੀ ਗੱਲ ਦੂਸਰਾ ਫੰਕਸ਼ਨ ਦੇਖੋ ਦਿੱਤਾ ਸਾਨੂੰ ਇੰਟਰਵਲ ਹੈਗਾ -4 ਤੋਂ 2 ਸੋ ਇਹਦੇ ਵਿੱਚ ਤਾਂ ਕੋਈ ਇਨਫਿਨਿਟੀ ਬਣਨ ਦਾ ਕੇਸ ਨਹੀਂ ਹੈਗਾ ਸੋ ਸਭ ਤੋਂ ਪਹਿਲਾਂ ਕੰਟੀਨਿਉਟੀ ਚੈੱਕ ਕਰਨੀ ਤੇ ਯਾਦ ਕਰ ਮੈਂ ਤੁਹਾਨੂੰ ਕੰਟੀਨਿਉਟੀ ਦੇ ਡਿਫਰੈਂਸ਼ੀਅਬਿਲਿਟੀ ਤੇ ਵੀਡੀਓਜ਼ ਆਲਰੇਡੀ ਅਪਲੋਡ ਕਰ ਚੁੱਕੀ ਹਾਂ ਉਹਨਾਂ ਨੂੰ ਦੇਖ ਕੇ ਫੇਰ ਹੀ ਇੱਥੇ ਆਣਾ ਪੋਲੀਨੋਮੀਅਲ ਫੰਕਸ਼ਨ ਦਾ ਪਤਾ ਹੀ ਹੈ ਤੁਹਾਨੂੰ ਸਾਰੇ ਪੋਲੀਨੋਮੀਅਲ ਫੰਕਸ਼ਨ ਫੰਕਸ਼ਨ ਕੰਟੀਨਿਊਸ ਹੁੰਦੇ ਆ ਸੋ ਇਹ ਕੰਟੀਨਿਊਸ ਤਾਂ ਹੈਗਾ ਹੀ ਇਸ ਇੰਟਰਵਲ ਦੇ ਵਿੱਚ ਡਿਫਰੈਂਸ਼ੀਏਬਲ ਉਸ ਤੋਂ ਬਾਅਦ ਚੈੱਕ ਕਰਨਾ ਓਪਨ ਇੰਟਰਵਲ ਇਹ ਡਿਫਰੈਂਸ਼ੀਏਬਲ ਵੀ ਹੈ ਕਿਉਂਕਿ ਇਹ ਡਿਫਰੈਂਸ਼ੀਏਬਲ ਵੀ ਹੁੰਦੇ ਆ ਠੀਕ ਹੈ ਸੋ ਇਹ ਕੰਟੀਨਿਊਸ ਵੀ ਹੈ ਇਸ ਇੰਟਰਵਲ ਦੇ ਵਿੱਚ ਤੇ ਡਿਫਰੈਂਸ਼ੀਏਬਲ ਵੀ ਹੈ ਉਸ ਤੋਂ ਬਾਅਦ f(a) f(b) ਚੈੱਕ ਕਰਨਾ ਪਹਿਲਾਂ ਇਸ ਫੰਕਸ਼ਨ 'ਚ ਤੁਸੀਂ a ਪੁੱਟ ਕਰੋ ਯਾਨੀ -4 ਪੁੱਟ ਕਰਕੇ ਦੇਖੋ ਫਿਰ b 2 ਪੁੱਟ ਕਰਕੇ ਦੇਖੋ ਦੋਨੇ ਵਾਰੀ ਆਨਸਰ ਕਿੰਨਾ ਆ ਗਿਆ 0 0 ਮਤਲਬ f(a) f(b) ਵੀ ਹੈ ਸਾਰੀਆਂ ਕੰਡੀਸ਼ਨ ਵੈਰੀਫਾਈਡ ਹੋ ਗਈਆਂ ਮਤਲਬ ਰੋਲ ਥੀਰਮ ਇੱਥੇ ਵੈਰੀਫਾਈ ਹੁੰਦੀ ਹੈ ਇਹ ਵੀ ਪੇਪਰ ਚਾ ਸਕਦਾ ਕਿ ਪੁੱਛ ਸਕਦਾ ਹੈ ਉਹ ਤਿੰਨ ਫੰਕਸ਼ਨ ਦੇ ਦੇਣਗੇ ਉਹ ਪੁੱਛਣਗੇ ਕਿ ਕਿਸ ਫੰਕਸ਼ਨ ਤੇ ਰੋਲ ਥੀਰਮ ਐਪਲੀਕੇਬਲ ਹੈ ਤਾਂ ਤੁਸੀਂ ਇਹ ਤਿੰਨ ਕੰਡੀਸ਼ਨ ਲਗਾ ਕੇ ਦੇਖ ਲੈਣੀ ਆ ਜੇ ਦਿੱਤੇ ਉਹ ਲੱਗ ਗਈਆਂ ਤਿੰਨੋਂ ਕੰਡੀਸ਼ਨ ਸੈਟੀਸਫਾਈ ਹੋ ਗਈਆਂ 댓 ਮੀਨਸ ਉੱਥੇ ਰੋਲ ਥੀਰਮ ਵੈਰੀਫਾਈਡ ਹੈ ਹੌਨਸਨੂ ਰੋਲ ਥੀਰਮ ਨੇ ਕਹਿਆ ਹੈ ਜੇ ਤਿੰਨੋਂ ਹੀ ਕੰਡੀਸ਼ਨ ਸੈਟੀਸਫਾਈ ਹੁੰਦੀ ਹੈ ਤਾਂ ਐਟ ਲੀਸਟ ਉੱਥੇ ਓਪਨ ਇੰਟਰਵਲ 'ਚ ਇੱਕ ਨੰਬਰ ਸੀ ਐਟ ਲੀਸਟ ਐਗਜ਼ਿਸਟ ਕਰੇਗਾ ਜਿੱਥੇ ਉਹਦਾ ਡੈਰੀਵੇਟਿਵ ਕੀ ਹੋਏਗਾ ਜ਼ੀਰੋ ਸੋ ਤੁਸੀਂ ਇਹਦਾ ਫੰਕਸ਼ਨ ਦਾ ਡੈਰੀਵੇਟਿਵ ਕਰੋ ਕੀ ਆਏਗਾ 2x 2 ਪਰ ਅਸੀਂ f' ਇਹ ਤਾਂ x ਪਰ ਦਾ ਕਰ ਰਹੇ ਮੇਰੇ ਘੱਲ ਲੱਗੀ ਦੀ f' ਸੀ ਦੀ c ਮਤਲਬ ਇਹ c ਕੋਦਰ 2C, 2c 2 ਜਿੱਥੇ ਉਹ ਕੀ ਹੋਏਗਾ ਇਕੁਅਲ ਟੂ 0 ਠੀਕ ਹੈ 2c2 0 ਤਾਂ c ਦੇ ਬਾਅਦ 2c 2 0 2c -2 ਤਾਂ c, 2, c -1 ਆ ਗਿਆ ਕਿ ਨਹੀਂ ਇਸ ਇੰਟਰਵਲ ਦੇ ਵਿੱਚ ਦੇਖੋ ਆਇਆ ਨਾ ਸੋ ਇਸ ਇੰਟਰਵਲ ਦੇ ਵਿੱਚ ਆ ਗਿਆ ਸਾਡੇ ਕੋਲ ਪੁਆਇੰਟ -1 ਜਿੱਥੇ ਜਾ ਕੇ ਥਿਊਰਮ ਨੇ ਕੀ ਹੋਇਆ ਨਾ ਵੈਰੀਫਾਈਡ ਹੋਇਆ ਹੈ ਕਲੀਅਰ ਹੈ ਜੀ इजी ਹੈਗਾ ਨਾ ਕੁਝ ਜ਼ਿਆਦਾ ਔਖਾ ਨਹੀਂ ਹੈ ਨੈਕਸਟ ਕੁਐਸਚਨ ਦੇਖੋ ਇਹਦੀ fx ਦਿੱਤਾ ਹੋਇਆ x -E 2 3 ਪਹਿਲੀ ਗੱਲ ਇਹ ਕੰਟੀਨਿਊਸ ਹੈਗਾ ਠੀਕ ਹੈ ਬਟ ਇਟ ਡਸ ਨਾਟ ਐਗਜ਼ਿਸਟ ਐਟ x 0 ਯਾਨੀ ਕਿ ਜੇ x -E 0 ਹੁੰਦੀ ਆ ਇਹ ਐਗਜ਼ਿਸਟ ਨਹੀਂ ਕਰਦਾ हैंस इन माइनस वन कॉमा वन सो इस करके थ्यूरम पहला वेरीफाइड होंगी ही है नहीं क्लियर पहली गल तो ये इतने थ्यूरम जी को वेरीफाई नहीं हैगी क्योंकि असी वन जो देखो ये पावर इन मैं लिखी सकती एक्स की पावर वन बाय थ्री नीचे जे एक्स की एक्स ही जीरो हो गया किसी जीरो फिर इनफिनिटी बन जाएगा क्योंकि इंटरबल से जीरो, जीरो एगजिस्ट कर रहे सो so, इस करके इतल थ्यूरो वेरीफाई नहीं हुई एप्लीकेबल ही नहीं है उस तो बाद एक्स की पावर वन बाय थ्री ये सिंपल कर लड़ना य हो जाएगी ठीक है ਉੱਗੀ ਇੱਥੇ ਇਨਫਿਨਿਟੀ ਨਹੀਂ ਬੰਨਣਾ ਕਿਉਂਕਿ ਉੱਪਰ ਹੀ ਹੈ ਨੈਕਸਟ ਇਦੀ ਮੋਡੈਕਸ ਠੀਕ ਹੈ ਤੁਹਾਨੂੰ ਪਤਾ ਮੋਡੈਕਸ ਜਿਹੜਾ ਆ ਉਹ ਕੰਟੀਨਿਊਸ ਹੁੰਦਾ ਬਟ ਡਿਫਰੈਂਸ਼ੀਏਬਲ ਨਹੀਂ ਹੁੰਦਾ x 0 ਤੇ ਯਾਦੋ ਵਿਧਾ ਅਨੁਮਤ ਇਹ ਥਿਊਰਮ ਹੁੰਦੇ ਸੀ ਠੀਕ ਹੈ ਸਾਡੇ ਕੋਲ ਸੋ ਇਸ ਕਰਕੇ ਇਹ ਵੀ ਐਪਲੀਕੇਬਲ ਨਹੀਂ ਹੈ ਕਲੀਅਰ ਨੈਕਸਟ ਇੱਥੇ ਤੁਸੀਂ ਸੈਕਿੰਡ ਕੁਐਸਚਨ ਕਰਨਾ ਹੈਗਾ ਇਸ ਲਈ ਤੁਹਾਨੂੰ ਤਾਂ ਹੀ ਬੋਲਦੀ ਪਹਿਲਾਂ ਕੰਟੀਨਿਊਸ ਡਿਫਰੈਂਸ਼ੀਏਬਿਲਟੀ ਵਾਲੀਆਂ ਵੀਡੀਓਜ਼ ਦੇਖ ਲੈਣਾ ਠੀਕ ਹੈ ਉੱਥੇ ਮੈਂ ਸ਼ਾਰਟ ਚ ਵੀ ਦੱਸਿਆ ਹੋਇਆ ਕਿਹੜੇ ਫੰਕਸ਼ਨ ਡੈਰੀਵੇਬਲ ਹੈ ਕਿਹੜੇ ਨਹੀਂ ਹੈ ਨੈਕਸਟ ਕੁਐਸਚਨ ਦੇਖੋ ਸੰ ਦਿੱਤਾ ਹੈ fx sinx sin2x ਸਭ ਤੋਂ ਪਹਿਲਾਂ ਕੰਟੀਨਿਊਸ ਹੈ ਇਹ ਕਿਉਂਕਿ ਟ੍ਰਿਗੋਮੈਟ੍ਰਿਕ ਫੰਕਸ਼ਨ ਆ ਕੰਟੀਨਿਊਸ ਹੈਗੇ ਨੇ ਠੀਕ ਹੈ ਸੈਕਿੰਡ ਇਹ ਵਾਲਾ ਡੈਰੀਵੇਟਿਵ ਕੀਤਾ ਹੋਇਆ cosx 2cosx which is exist in 0 to pi will differentiable ਆਪਾਂ ਚੈੱਕ ਕਰ ਲੈਣਾ ਜੋ ਐਗਜ਼ਿਸਟ ਕਰ ਰਿਹਾ ਦਾ ਮਤਲਬ ਇਹ ਫੰਕਸ਼ਨ ਡੈਰੀਵੇਬਲ ਹੈ 0 ਤੋਂ pi ਦੇ ਵਿੱਚਕਾਰ ਕਲੀਅਰ ਉਸ ਤੋਂ ਬਾਅਦ ਆਪਾਂ ਕੀ ਕੀਤਾ f( ਜੋ ਫੰਕਸ਼ਨ ਉਸ ਇੰਟਰਵल्स ਤੇ ਆਪਾਂ ਦੇਖਦੇ ਆ ਸਾਡੇ ਕੋਲ ਇੰਟਰਵਲ ਸੀ 0 ਤੇ ਪਾਈ ਇਸ ਕੁਸ਼ਨ ਲਈ ਸੋ f ਆਫ 0 ਫਾਈਂਡ ਕੀਤਾ ਤੇ ਫਿਰ f ਆਫ ਪਾਈ ਫਾਈਂਡ ਕੀਤਾ ਦੋਨਾਂ ਦਾ ਅਨਸਰ ਸੇਮ ਆਇਆ ਦੈਟ ਮੀਨਸ ਇੱਕ ਜਾਂ ਦੋਨਾਂ ਤੇ ਬਰਾਬਰ ਹੈਗੇ ਨੇ ਮਤਲਬ ਕੰਡੀਸ਼ਨ ਰੋਲ ਸਿਨਮ ਸੈਟੀਸਫਾਈ ਹੋ ਗਈ ਹੈ ਇਹਦਾ ਮਤਲਬ ਉਹ ਤੇ ਐਟ ਲੀਸਟ ਇੱਕ ਸੀ ਹੋਏਗਾ ਸੱਚ ਇਟ ਐਫ ਡੈਸ਼ ਸੀ ਇਹਦੇ ਚ ਸੀ ਪੁੱਟ ਕਰਦੇ ਇਕੁਅਲ ਟੂ ਕੀ ਹੋਏਗਾ 0 ਸੋ ਉਹਨੂੰ ਅਸੀਂ ਸੋਲਵ ਕੀਤਾ cos ਸੀ -2 cos² c 1 ਇਹਦਾ ਫਾਰਮੂਲਾ cos 2c ਦਾ ਹੁੰਦਾ ਉਹ ਪੁੱਟ ਕਰ ਦਿੱਤਾ ਕੁਆਡਰੈਟਿਕ ਬਣ ਗਈ ਕੁਆਡਰੈਟਿਕ ਤੋਂ ਫਿਰ ਆਪਾਂ ਇਹਦੀ ਵੈਲਿਊਜ਼ ਕਰ ਲਈਆਂ ਠੀਕ ਹੈ ਨਾ ਕੁਆਡਰੈਟਿਕ ਇਨ cos ਦੀ ਬਣ ਗਈ ਇਹ ਸੋ ਆਈ ਹੋਪ ਦਾ ਨੂੰ ਕਲੀਅਰ ਹੋ ਗਿਆ ਬਸ ਮੀਨ ਦਾ ਦੋ ਚੀਜ਼ਾਂ ਪਹਿਲਾਂ ਚੈੱਕ ਕਰਨੀ ਨੇ ਜੋ ਤੁਹਾਨੂੰ ਪ੍ਰੀਵਿਅਸ ਵੀਡੀਓਜ਼ ਤੋਂ ਹੀ ਆਉਣੀ ਹੈ ਠੀਕ ਹੈ ਨੈਕਸਟ ਹੈ ਜੀ log x² 2 log 3 ਸੋ so, log ਵਾਲਾ ਫੰਕਸ਼ਨ ਹੈਗਾ ਕੰਟੀਨਿਊਸ ਦਾ ਹੈ ਕੋਲੀਅਰਲੀ ਦਿਖਨ ਗਿਆ f'c ਕੰਟੀਨਿਉਟੀ ਦੀ ਚੈੱਕ ਵੀ ਕਰ ਸਕਦੇ ਹੋ ਤੁਹਾਨੂੰ ਚੈੱਕ ਕਰਨੀ ਅਭੀ ਸਿਖਾਈ ਹੋਈਆਂ ਉਦਾਂ ਕਰੀਏ ਬਸ ਪੇਪਰ ਤੁਹਾਨੂੰ ਸ਼ਾਰਟ ਵਾਲਾ ਆਏਗਾ ਜਿਹੜੇ ਡਾਇਰੈਕਟ ਤੁਹਾਨੂੰ ਪਤਾ ਹੀ ਹੁੰਦਾ ਨੇ ਇਹ ਫੰਕਸ਼ਨ ਕੰਟੀਨਿਊਸ ਆ ਗਿਆ ਨੇ ਇਹ ਡਿਫਰੈਂਸ਼ੀਏਬਲ ਹੈਗੇ ਨੇ ਉਹਨਾਂ ਦੇ ਪੇਪਰ 'ਚ ਆਤਰ ਉਹ ਹੀ ਕੁਐਸਚਨ ਪਾਣੇ ਸੀ ਉਹਨਾਂ ਦੀ ਅੰਡਰਸਟੈਂਡਿੰਗ ਚੈੱਕ ਕਰਨੀ ਜਸਟ ਉਹਨਾਂ ਨੇ ਤੋਂ ਡੈਰੀਵੇਬਲ ਵੀ ਆਪਾਂ ਚੈੱਕ ਕੀਤਾ ਹਰ ਡੈਰੀਵੇਬਲ ਵੀ ਹੈ ਉਸ ਤੋਂ ਬਾਅਦ ਅਸੀਂ ਚੈੱਕ ਕੀਤਾ ਫੰਕਸ਼ਨ ਵੈਲਿਊ ਪੁੱਟ ਕਰਕੇ f(-1) ਤੇ f(1) ਤੇ ਦੋਨਾਂ ਦੇ ਵੈਲਿਊ ਬਰਾਬਰ ਆ ਗਿਆ ਦਾ ਮਤਲਬ ਰੂਲ ਥੀਰਮ ਹੋ ਗਈ ਸੈਟੀਸਫਾਈ ਐਟ ਲੀਸਟ ਉਹਨਿਕ ਪਰਸੀ ਐਗਜ਼ਿਸਟ ਕਰੇਗਾ ਨਾ ਸੱਚ ਦੈਟ ਇਸ ਫੰਕਸ਼ਨ ਦਾ ਡੈਰੀਵੇਟਿਵ ਇਕੁਅਲ ਟੂ ਕੀ ਆਏਗਾ ਜ਼ੀਰੋ ਸੋ ਡੈਰੀਵੇਟਿਵ ਕੀਤਾ ਆਪਾ ਕਿ ਲੌਗ x² 2 ਦਾ ਸੋ 1 x² 2 f(x) ਕੀ ਦਾ 2x a ਇਕੁਅਲ ਟੂ ਕੀ ਰੱਖੋ ਜ਼ੀਰੋ ਤੁਸੀਂ ਦੇ ਪੁਆਇੰਟਸ ਕਰ ਲਓ ਕਿ ਕਿਸ ਪੁਆਇੰਟ ਤੇ ਹੈਗੀ ਹੈ ਸਿਵਲ ਅਲੀ ਨੈਕਸਟ ਕੁਐਸਚਨ ਹੈਗੇ ਨੇ ਇਹ ਪੋਲੀਨੋਮੀਅਲ ਫੰਕਸ਼ਨ ਆ ਕੰਟੀਨਿਊਸ ਹੋਏਗਾ ਡੈਰੀਵੇਬਲ ਹੋਏਗਾ f(1) f(4) ਆ ਗਿਆ ਦੋਨੇ ਪੁਆਇੰਟਸ ਤੇ ਠੀਕ ਹੈ ਤੇ ਪੁਆਇੰਟਸ 1, 4 ਦਿੱਤੇ ਹੋਏ ਸੀ ਨਾ ਤੁਹਾਨੂੰ ਉਹ ਵੀ ਬਰਾਬਰ ਹੋ ਗਏ ਠੀਕ ਹੈ ਤੇ ਲੋਈ ਕੰਡੀਸ਼ਨ ਸੈਟੀਸਫਾਈ ਹੋ ਗਈ ਰੋਲ ਥੀਅਰਮ ਸੈਟੀਸਫਾਈ ਹੋ ਗਈ ਇਹਦਾ ਮਤਲਬ ਹੁਣ ਐਟ ਲੀਸਟ ਇੱਕ ਵੈਲਿਊ ਸੀ ਦੀ ਹੋਏਗੀ ਨਾ ਪੁਆਇੰਟ ਦੇ ਵਿੱਚ ਜਿੱਥੇ ਫੰਕਸ਼ਨ ਕੀ ਹੋਏਗਾ ਇਕੁਅਲ ਟੂ 0 ਸੋ ਉੱਥੇ ਕਿਹੜਾ ਪੁਆਇੰਟ ਸੀਗਾ ਉਹ ਹੁਣ ਸੋਲਵ ਤਾਂ ਕਰਨਾ ਆਉਂਦਾ ਤੁਹਾਨੂੰ ਡੈਰੀਵੇਟਿਵ ਲੈ ਕੇ ਪੁੱਟ ਕਾ ਲੋ ਸੀ ਦੀ ਦੇਖੋ ਆਣੀ ਜਦੋਂ ਆ ਤੀਰਕ ਤਿੰਨੋਂ ਕੰਡੀਸ਼ਨ ਸੈਟੀਸਫਾਈ ਹੋ ਗਈਆਂ ਨਾ ਇਹ ਮਤਲਬ ਪੁਆਇੰਟ ਆਣਾ ਹੀ ਇਸ ਇੰਟਰਵਲ ਦੇ ਵਿੱਚੋਂ ਕਿਉਂਕਿ ਫਿਰ ਰੂਲ ਥਿਰੋਨ ਨੇ ਦੱਸਿਆ ਸੀਗਾ ਕਿ ਜੇ ਤਿੰਨੋਂ ਕੰਡੀਸ਼ਨ ਸੈਟੀਸਫਾਈ ਹੁੰਦੇ ਤਾਂ ਇੱਕ ਪੁਆਇੰਟ ਉਸ ਇੰਟਰਵਲ ਚ ਆਣਾ ਹੀ ਆਣਾ ਜਿੱਥੇ ਉਹਦੀ ਸਲੂਪ ਜਿਹੜੀ 0 ਹੋਣੀ ਮਤਲਬ f' 0 ਹੈ ਸੋ ਇੱਥੇ 5/2 ਆ ਗਿਆ ਨੈਕਸਟ ਆ ਫੰਕਸ਼ਨ ਦਿੱਤਾ ਇੱਦੀ ਪੋਲੀਨੋਮੀਅਲ ਆ ਤੇ ਕੰਟੀਨਿਊਸ ਹੋਣਾ ਜਦੋਂ ਕੋਈ ਪੋਲੀਨੋਮੀਅਲ ਫੰਕਸ਼ਨ ਦੇਖਿਆ ਨਾ ਸਿੱਧਾ ਕੰਟੀਨਿਊਸ ਹੁੰਦਾ ਹੀ ਆ ਠੀਕ ਆ ਤੇ ਅਗੇ ਡੈਰੀਵੇਬਲ ਵੀ तो f आगे फंक्शन च पुट करके वैल्यूज देखनी f ऑफ 0 इक्वल टू f ऑफ 1 आ गया थी मतलब आ आ 1 तो मतलब रोल थ्योरम वेरीफाइड है हुन ए दा मतलब ਉਥੇ ਏਟ ਲੀਸਟ ਇੱਕ ਪੁਆਇੰਟ ਸੀ ਹੋਏਗਾ ਇਸ ਇੰਟਰਵਲ ਦੇ ਵਿੱਚ ਜਿੱਥੇ ਉਹਦਾ ਫੰਕਸ਼ਨ ਦਾ ਡੈਰੀਵੇਟਿਵ ਕੀ ਹੋਏਗਾ ਇਕੁਅਲ ਟੂ 0 ਸੋ ਇਹ ਡੈਰੀਵੇਟਿਵ ਕੀਤਾ ਆਪਾਂ 3c2 ਆ ਜਾਏਗਾ 4c ਆ ਜਾਏਗਾ 1 0 ਕੁਆਡਰੈਟਿਕ ਇਨ ਸੀ ਬਣ ਗਈ ਬਸ ਹੁਣ ਤੁਸੀਂ ਇਹ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਲਗਾ ਕੇ -b √b2 4ac टू है वाला फार्मूला ਲਗਾ ਕੇ ਸਿੱਧੇ ਵੈਲਿਊਸ ਕੱਢ ਲੋ ਹੁਣ ਦੇਖੋ ਸਿੱਧੇ ਵੈਲਿਊਸ ਆ ਗਏ 1 ਤੇ 1/3 ਇਸ ਇੰਟਰਵਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਹੜੀ ਵੈਲਿਊ ਚਾਹੀਦੀ ਠੀਕ ਹੈ ਨਾ ਸੋ ਇਸ ਜੀ ਓਪਨ ਇੰਟਰਵਲ 0 1 ਓਪਨ ਇੰਟਰਵਲ ਦਾ ਮਤਲਬ ਹੁੰਦਾ 0 ਤੇ 1 ਇਨਕਲੂਡ ਨਹੀਂ ਕਰਨੇ ਸੋ ਸਿਰਫ ਇਹ ਚੋਂ ਕਿਹੜੀ ਇਹਦੇ ਵਿੱਚ ਲਾਈ ਕਰਦੀ ਵੈਲਿਊ 1/3 ਚੈੱਕ ਕਰਕੇ 1/3 ਤੋਂ ਵੈਰੀਫਾਈ ਹੋ ਗਿਆ ਸਿਮਿਲਰਲੀ ਇਹ ਹੈਗਾ ਸਭ ਤੋਂ ਪਹਿਲਾਂ ਪੋਲੀਨੋਮੀਅਲ ਆ ਠੀਕ ਹੈ ਕੰਟੀਨਿਊਸ ਹੈ ਡੇਰੀਵੇਬਿਲਿਟੀ ਵੀ ਆਪਾਂ ਚੈੱਕ ਕਰ ਲੇ ਠੀਕਰ f(a) f(b) ਵੀ ਆ ਗਿਆ। ਥੈਨ ਅਗੇਨ ਡੈਰੀਵੇਟਿਵ ਕਿਹਦੇ ਇਕੁਅਲ ਟੂ ਹੋਏਗਾ 0। ਇੱਥੇ ਲੱਗ-ਲੱਗ ਆ ਗਿਆ ਵੈਲਿਊ a, b 4a 3b। ਹੁਣ a ਤੇ b c 4a 3b uh, 7 ਉਹ ਇਸ ਇੰਟਰਵਲ ਦੇ ਵਿੱਚੋਂ ਆ ਰਿਹਾ। ਕਿਉਂਕਿ a ਤੇ b ਤਾਂ ਇਹ ਓਪਨ ਇੰਟਰਵਲ ਦੇ ਇਹਦੇ ਵਿੱਚੋਂ ਨਹੀਂ ਆਣਗੀਆਂ। ਅਸੀਂ ਓਪਨ ਇੰਟਰਵਲ ਚੋਂ ਲੈਣੀ ਆ ਵੈਲਿਊ। ਇਹ ਵੀ ਧਿਆਨ ਰੱਖਿਆ ਕਰੋ। ਤੋਂ ਓਪਨ ਇੰਟਰਵਲ 'ਚ ਇਹ ਵੈਲਿਊ ਤਾਂ ਕੋਈ ਨਹੀਂ ਕੱਟੋ ਜਿन्हें ਵਿਚਲੀਆਂ ਲੈਣੀਆਂ ਹੁੰਦੀਆਂ। ਇਹ ਤਾਂ ਪੁਆਇੰਟਸ ਹੁੰਦੇ ਨੇ ਇਨਕਲੂਡ ਵਿੱਚ। ਸੋ ਇੱਥੇ ਕੀ ਹੋ ਗਈ ਥਿਊਰਮ ਵੈਰੀਫਾਈ ਹੋ ਗਈ ਸਿਮਰਲੀ ਨੈਕਸਟ ਹੈ ਵ্যালੂ ਸੀ ਦੀ ਫਾਈਂਡ ਕਰਨੀ ਆ ਸੋ ਕੰਟੀਨਿਊਸ ਵੀ ਹੈ ਡੈਰੀਵੇਬਲ ਵੀ ਹੈ f ਆਫ a f ਆਫ b ਵੀ ਹੈ ਕੰਡੀਸ਼ਨ ਸੈਟੀਸਫਾਈ ਹੋ ਗਈਆਂ ਤਾਂ ਡੈਰੀਵੇਟਿਵ ਜਿਹੜਾ ਇਕੁਅਲ ਟੂ ਕੀ ਰੱਖਣਾ ਜ਼ੀਰੋ ਤੇ ਸੀ ਦੀ ਵੈਲਿਊ ਕੀ ਆ ਗਈ m b m a m n 얘ਦਾਂ ਰੇਸ਼ਿਓ ਵਾਲੀ ਆ ਗਈ ਦੋਵੇਂ ਦੋਨੇ ਪੋਜ਼ਿਟਿਵ ਐਸ ਇੰਟਰਵਲ ਦੇ ਵਿੱਚ xy the validity of the hypothesis and the conclusion of ro theorem you know, when the function defined in ab is given by okay so function again algebraic function again continuous hage ne ik dekho hun itthe sade kol hai itthe power i think inanne itthe ha derivative check kita na apa differentiable check kar li derivative karke dekha but derivative is interval jisme one element hota exist hi nahi karega ਸੋ ਇਹ ਡੇਰੀਵੇਬਲ ਇਨ ਇਸ ਇੰਟਰਵਲ ਦੇ ਵਿੱਚ ਸੋ ਇਸ ਕਰਕੇ ਇੱਥੇ ਰੋਲ ਸੀਰਮ ਜਿਹੜੀ ਆ ਵੈਲਿਡ ਹੀ ਨਹੀਂ ਹੈ ਸੋ ਡੇਰੀਵੇਟਿਵ ਕਰਕੇ ਉਹਦੇ ਚੈੱਕ ਕਰ ਸਕਦੇ ਹੋ ਸਿੰਪਲ ਕਿ ਉਹ ਇਸ ਇੰਟਰਵਲ ਚ ਡੇਰੀਵੇਬਲ ਹੈ ਕਿ ਨਹੀਂ ਸਿੰਪਲ ਚੈੱਕ ਕਰ ਲਓ ਜੇ ਸਿੰਪਲੀ ਇਹਨਾਂ ਦਾ ਡੇਰੀਵੇਟਿਵ ਕਰ ਲਿਆ ਤਾਂ 2 ਦਾ de ਡੇਰੀਵੇਟਿਵ 0 ਹੋ ਗਿਆ ਤੇ ਫਿਰ +2/3 ਪਾਵਰ ਹੀ ਘਟ ਜਾਂਦੀ ਆ ਉਹ ਪਾਵਰ -1/3 ਰਹਿ ਗਈ ਇਹ نیچے ਆ ਕੇ ਦਾ नीचे के x की -1 की पावर 1/3 हो जाएगी ना तो x की जगह 1/1 1 0 आ जाएगा सो से इंटरपल ये इथे होनी ने वाली नहीं होनी है ठीक है डिफरेंशिएबल होना ही नहीं होते फंक्शन सिमिलरली बाकी करके देख लेने ये भी वेरीफाई करनी फंक्शन देता है पॉलीनोमीयल इस करके कंटीन्यूअस हैगा या एदी डिफरेंशिएबिलिटी चेक कर ले एग्जिस्ट कर दी डिफरेंशिएबिलिटी भी डेरिवेटिव करके देख लेना तूसी f of 1 equal to f of 3 ਦੋਨੇ ਜ਼ੀਰੋ ਆ ਗਏ ਰੋਲ ਰੋਲ ਸੀਰਮ ਸੈਟੀਸਫਾਈ ਹੋ ਗਈ ਉਸ ਤੋਂ ਬਾਅਦ ਇਹਦਾ ਮਤਲਬ ਐਟ ਲੀਸਟ ਉੱਥੇ ਇੱਕ ਸੀ ਐਗਜ਼ਿਸਟ ਕਰੇਗਾ ਸੱਚ ਜੇ ਤਾਂ ਉੱਥੇ ਉਹਦਾ ਡੈਰੀਵੇਟਿਵ ਜਿਹੜਾ ਇਕੁਅਲ ਟੂ ਕੀ ਹੋਏਗਾ ਜ਼ੀਰੋ ਸੋ ਉੱਥੋਂ ਸੀ ਦੀਆਂ ਵੈਲਿਊਜ਼ ਕੱਢ ਲਈਆਂ ਹੁਣ ਇਹ ਸੀ ਵੈਲਿਊਜ਼ ਦੋ ਆ ਗਈਆਂ ਤੁਸੀਂ ਦੇਖ ਲਓ ਇਸ ਇੰਟਰਵਲ ਦੇ ਵਿੱਚ ਕਿਹੜੀ ਆਉਂਦੀ ਆ ਠੀਕ ਹੈ ਚੈੱਕ ਕਰਕੇ ਦੇਖ ਲੈਣਾ ਅੰਡਰ ਰੂਟ 5 ਦੀ ਵੈਲਿਊ ਪੁੱਟ ਕਰਕੇ ਕਲੀਅਰ ਸੋ ਇਸ ਤਰ੍ਹਾਂ ਹੋ ਜਾਏਗਾ ਨੈਕਸਟ ਸਟੈਪ sin²x ਕੰਟੀਨਿਊਸ ਹੁੰਦਾ ਹੈ ਠੀਕ ਹੈ ਫਿਰ ਡੈਰੀਵੇਟਿਵ ਕਰਕੇ ਦੇਖ ਲਓ ਆ ਗਿਆ ਸਾਈ ਉਹ ਵੀ ਇੰਟਰਵਲ ਚ ਇਹਦੇ ਵਿੱਚ ਹੈਗਾ ਡੈਰੀਵੇਟਿਵ ਤਾਂ ਕਰਨਾ ਆਂਦਾ ਨਾ ਸੋ ਡੈਰੀਵੇਬਲ ਵੀ ਹੋ ਗਿਆ ਇਸ ਇੰਟਰਵਲ ਦੇ ਵਿੱਚ ਉਸ ਤੋਂ ਬਾਅਦ ਅਸੀਂ ਜ਼ੀਰੋ ਤੇ ਪਾਈ ਤੇ ਚੈੱਕ ਕੀਤੀ ਉਹ ਵੀ ਸੈਟੀਸਫਾਈ ਹੋ ਗਈ ਤਾਂ ਮਤਲਬ ਐਟ ਲੀਸਟ ਉੱਥੇ ਸੀਏ ਕਿਦਾਂ ਦਾ ਹੋਏਗਾ ਜੇ ਤੇ ਫੰਕਸ਼ਨ ਕੀ ਹੋਏਗਾ ਇਕੁਅਲ ਟੂ ਡੈਰੀਵੇਟਿਵ ਇਕੁਅਲ ਟੂ ਜ਼ੀਰੋ ਸਾਈਨ ਸਕਰ ਦਾ ਡੈਰੀਵੇਟਿਵ ਕੀ ਹੋ ਜਾਏਗਾ 2 ਸਾਈਨ ਐਕਸ ਸਾਈਨ ਐਕਸ ਦਾ ਕੋਸ ਐਕਸ ਯਾਨੀ ਸਾਈਨ 2 ਐਕਸ ਤੇ ਸੀ ਲਈ ਟਾਈਮ ਸਾਈਨ 2 ਸੀ ਲਿਖਾਂਗੀ ਸਾਈਨ 2 ਸੀ 2 ਸਾਈਨ 2 ਸੀ ਇਕੁਅਲ ਟੂ ਕੀ ਆ ਗਿਆ ਜ਼ੀਰੋ sin 2c ਇੱਥੋਂ sin 2c 0 ਹੈ ਨਾ ਤਾਂ ਕਿੰਨੇ ਕਿੰਨੇ ਜਿੰਨੋ ਹੁੰਦਾ 0 ਜਾਂ π ਤੇ ਫਿਰ ਇੱਥੇ 2c 0, π ਆ ਗਿਆ ਤਾਂ c ਕਿੰਨਾ ਆ ਗਿਆ 0 ਜਾਂ π 2 ਹੁਣ ਇਸ ਇੰਟਰਵਲ ਦੇ ਵਿੱਚ π ਤਾਂ ਲੈ ਨਹੀਂ ਸਕਦੇ ਕਿਹੜਾ ਆ ਜਾਏਗਾ π 2 ਸੋ ਇੱਥੇ ਥਿਊਰਮ ਵੈਰੀਫਾਈ ਹੋ ਜਣੀ ਨੈਕਸਟ ਇੱਥੇ cos 2x ਲਈ ਦਿੱਤਾ ਹੋਇਆ ਫੰਕਸ਼ਨ ਕੰਟੀਨਿਊਸ ਹੈ ਉਸ ਤੋਂ ਬਾਅਦ ਡੈਰੀਵੇਟਿਵ ਕਰਕੇ ਵੀ ਦੇਖ ਲੈ -sin 2x ਉਹ ਵੀ ਐਗਜ਼ਿਸਟ ਕਰਦਾ ਇਸ ਇੰਟਰਵਲ ਦੇ ਅੰਦਰ ਤੋਂ ਡੈਰੀਵੇਬਲ ਵੀ ਹੈ ਠੀਕ ਹੈ ਦੋਨੇ ਕੰਡੀਸ਼ਨਸ ਇਹ ਸੈਟੀਸਫਾਈ ਹੋ ਗਏ ਤੀਸਰੀ f(0) ਤੇ f(π) ਚੈੱਕ ਕਰੇਗੇ ਇੱਥੇ cos 0 ਵੀ 1 ਹੁੰਦਾ cos 2π ਵੀ 1 ਹੁੰਦਾ ਯਾਨੀ ਉੱਥੇ ਵੀ ਸੈਟੀਸਫਾਈ ਹੋ ਗਈ ਹੁਣ ਅਸੀਂ ਇਸ ਇੰਟਰਵਲ ਦੇ ਵਿੱਚ ਇੱਕ ਇਤਸਾ ਕਹਿੰਦਾ ਸੀ ਇਦਾਂ ਦੀ ਹੋਏਗੀ ਜਿੱਤੇ ਡੈਰੀਵੇਟਿਵ ਕਿਹਦੇ ਇਕੁਅਲ ਟੂ ਹੋਏਗਾ 0 ਯਾਨੀ f' 0 ਡੈਰੀਵੇਟਿਵ ਕਰਕੇ ਇਕੁਅਲ ਟੂ ਰੱਖ ਦੋ 0 sin 2c ਆ ਗਿਆ 0 c ਦੇ ਇੰਟਰਵਲ ਵਿੱਚ ਸੀ ਗਿਆਗਾ 0 ਤੇ π/2 ਇਸ ਇੰਟਰਵਲ ਦੇ ਅੰਦਰ ਖੜਾ ਆ ਜਾਏਗਾ ਸਿਰਫ π/2 π ਤਾਂ ਲੜਣਾ ਹੀ ਨਹੀਂ ਹਨਾ π ਤਾਂ 0 ਤੇ π ਦੇ ਵਿੱਚ ਆਂਦਾ ਹੀ ਨਹੀਂ ਇਹ ਕਨਸਰ ਕਿਉਂਕਿ ਆਹ ਵਾਲੇ ਮੈਧਨ ਦੂਸਰੇ ਸਾਈਡ ਵਾਲੇ ਨਾਲ ਦੇ ਵਿੱਚ ਦੇਖਣਾ ਹੁੰਦਾ ਸੋ ਪਾਈ/2 ਤੇ ਆਨਸਰ ਆ ਜਾਏਗਾ ਸਿਮਿਲਰਲੀ ਨੈਕਸਟ ਕੁਐਸਚਨ ਹੈ sinx cosx ਕੰਟੀਨਿਊਸ ਹੈ ਡੈਰੀਵੇਟਿਵ ਐਗਜ਼ਿਸਟ ਕਰ ਰਿਹਾ ਹੈ ਕਰਕੇ ਦੇਣਾ ਡੈਰੀਵੇਟਿਵ sin ਦਾ cos cos ਦਾ sin the cause, cause the sin ਹੋ ਗਿਆ ਐਡ ਐਗਜ਼ਿਸਟ ਕਰ ਰਿਹਾ ਹੈ ਇਹਦੇ ਵਿੱਚ ਸਿਲਿੰਡਰ ਵਾਲ ਦੇ ਵਿੱਚ f(0) ਤੇ f(pi/2) ਵੀ ਚੈੱਕ ਕੀਤਾ ਦੋਨੇ ਬਰਾਬਰ ਆ ਗਏ ਕੰਡੀਸ਼ਨ ਹੋ ਗਈ ਵੈਰੀਫਾਈ ਇਹਦਾ ਮਤਲਬ ਐਟ ਲੀਸਟ ਇੱਕ c ਉੱਥੇ ਇਦਾਂ ਦਾ ਹੋਏਗਾ ਜਿਹਦੇ ਤੇ f'(c) ਇਕੁਅਲ ਟੂ ਕੀ ਹੋਏਗਾ 0 ਤਾਂ ਆਪਾਂ f'(c) ਇਕੁਅਲ ਟੂ 0 ਰੱਖ ਦਿੱਤਾ sin x cos x 1 ਆ ਗਿਆ tan 1 ਤੇ ਕਿੰਨੇ ਤੇ ਹੁੰਦਾ ਵਾ ਨੇ π 4 ਤੇ ਤੇ ਇਸ ਇੰਟਰਵਲ ਦੇ ਅੰਦਰ ਹੀ ਆ π 4 so that means satisfy ਹੋ ਗਿਆ similarly the x cos x continuous function ਆ ਗਿਆ ਨੇ derivative ਕਰਕੇ ਦੇ ਲੋ ਵੀ exist ਕਰ ਰਿਹਾ ਇਸ ਇੰਟਰਵਲ ਦੇ ਅੰਦਰ ਠੀਕ ਹੈ ਜੀ ਹੁਣ ਫਿਰ ਉਹੀ ਪੁਆਇੰਟ ਸੇ ਚੈੱਕ ਕਰ ਲਓ ਵੀ 0 0 ਦੋਨੇ ਸੇਮ ਆ ਗਏ ਠੀਕ ਹੈ ਨੈਕਸਟ ਸੈਟੀਸਫਾਈ ਹੋ ਗਈ ਤੇ ਐਟ ਲੀਸਟ ਇੱਕ ਪੁਆਇੰਟ ਸੀ ਐਗਜ਼ਿਸਟ ਕਰੇਗਾ ਉਸ ਇੰਟਰਵਲ ਦੇ ਅੰਦਰ ਸੱਚ दैट ਐਫ ਡੈਸ਼ ਸੀ ਇੱਥੇ ਕੀ ਹੋਏਗਾ ਜ਼ੀਰੋ ਡੈਰੀਵੇਟਿਵ ਲੱਕ ਇਕੁਅਲ ਟੂ ਜ਼ੀਰੋ ਰੱਖ ਲਿਆ ਨਾ ਇੱਥੇ ਵਾਈ ਵੈਲਿਊ ਕੀ ਆ ਗਈ ਪਾਈ ਬਾਏ 4 ਕਲੀਅਰ ਹੈ ਜੀ ਕੋ ਜਿਆਦਾ ਅੱਖ ਨਹੀਂ ਕੁਐਸਚਨਸ ਆਗੇ ਸੋ ਇਦਿ ਤੁਸੀਂ ਇਹ ਵਾਲੇ ਕੁਐਸਚਨਸ ਵੀ ਟਰਾਈ ਕਰਨਾ ਇੱਥੇ ਵੈਰੀਫਾਈ ਕਰਨੀ ਹੈਗੀ ਆ ਲਿਮਿਟਸ ਸਾਨੂੰ ਕਰਨੀਆਂ ਆਂਦੀਆਂ ਜੇ ਜਿਹਦਾ ਹੁਣ 0 ਤੋਂ 1 ਦੇ ਵਿਚਕਾਰ ਠੀਕ ਹੈ 1 ਤੋਂ 2 ਯਾਨੀ ਲੈਫਟ ਹੈਂਡਰਡ ਤੋਂ ਰਾਈਟ ਹੈਂਡਰਡ ਤੱਕ ਲਿਮਟ ਵੱਲੀ ਚੱਕਰਾ ਚੁੱਕੀ ਆ ਨਾ ਸੋ ਇੱਥੇ ਲਿਮਟ ਹੀ ਨਹੀਂ ਐਗਜ਼ਿਸਟ ਕੀਤੀ 댓 ਮੀਨਸ ਇੱਥੇ ਹੀ ਫੇਲ ਹੋ ਗਿਆ ਕੰਟੀਨਿਊਸ ਹੀ ਨਹੀਂ ਹੈ ਫੰਕਸ਼ਨ ਠੀਕ ਹੈ ਨਾ ਇਹ ਫੰਕਸ਼ਨ ਨਹੀਂ ਕੰਟੀਨਿਊਸ ਨਹੀਂ ਹੈ ਤਾਂ ਅੱਗੇ ਕੀ ਵੈਰੀਫਾਈ ਕਰਨਾ ਹੈ ਇਹਨੂੰ ਫਿਰ ਇਹਦੀ ਗ੍ਰੇਟੈਸਟ ਇੰਟੀਜਰ x ਇਹ ਵਾਲੇ ਬੜੇ ਜ਼ਿਆਦਾ ਇੰਪੋਰਟੈਂਟ ਹੈਗੇ ਨੇ ਠੀਕ ਹੈ ਇਹ ਵੀ ਧਿਆਨ ਰੱਖਣਾ ਠੀਕ ਹੈ ਕਿ ਲੇ ਲਈ ਜਿਹੜਾ ਇੱਥੇ ਫੰਕਸ਼ਨ ਆਏਗਾ ਨਾ 5 ਤੇ 9 ਦੇ ਵਿੱਚ ਇਹ ਨਾ ਤਾਂ ਕੰਟੀਨਿਊਸ ਆ ਨਾ ਡੈਰੀਵੇਬਲ ਆ ਠੀਕ ਹੈ ਸੋ ਪਹਿਲੀ ਗੱਲ ਇੱਥੇ ਹੀ ਕ ਤੇ ਉਸ ਤੋਂ ਬਾਅਦ ਨਾਟ ਕੰਟੀਨਿਊਸ ਇਨ 5 9 ਐਂਡ ਨਾਟ ਡੈਰੀਵੇਬਲ ਇਨ ਓਪਨ ਇੰਟਰਵਲ ਤੇ ਇਹ ਵੀ ਬਰਾਬਰ ਨਹੀਂ ਹੈਗਾ ਸੋ ਰੋਜ਼ ਸਿਰੋਂ ਮੈਥੇ ਕਦੀ ਵੀ ਐਪਲੀਕੇਬਲ ਹੈ ਹੀ ਨਹੀਂ ਬਸ ਤੁਸੀਂ ਯਾਦ ਵੀ ਰੱਖ ਲਿਓ ਠੀਕ ਹੈ ਸਿਮਿਲਰਲੀ ਬਾਕੀਆਂ ਤੇ ਵੀ ਨਹੀਂ ਹੋਣੀ ਫਿਰ ਇਹ ਐਦੇ ਤੁਸੀਂ ਅਗਲਾ ਨੈਕਸਟ ਹੈਗਾ x2 1 ਪੋਲੀਨੋਮੀਅਲ ਹੈ ਕੰਟੀਨਿਊਸ ਹੈਗਾ ਡੈਰੀਵੇਟਿਵ ਕਿਤੇ 2x ਉਹ ਐਗਜ਼ਿਸਟ ਕਰਦਾ ਬਾਕੀ f(1) ਤੇ f(2) ਵੀ ਇਹਦੇ ਵਿੱਚ ਫੰਕਸ਼ਨ f(1) ਤੇ 2 ਚੈੱਕ ਕੀਤਾ ਬਰਾਬਰ ਹੀ ਨਹੀਂ ਆਏ ਇਹਦਾ ਮਤਲਬ ਇਹ ਇਸ ਇੰਟਰਵਲ ਦੇ ਵਿੱਚ ਫਿਰ ਮਤਲਬ ਕਿ ਰੋਲ ਸਿਰਮ ਇੱਥੇ ਵੈਰੀਫਾਈ ਨਹੀਂ ਹੋ ਰਹੀ। ਸਿਮilarly ਨੈਕਸਟ ਕੁਐਸਚਨ ਚੈੱਕ ਕਰ ਲੈਣਾ। ਅਹ this is a fun app f(x) a ਤੇ b ਫਾਈਂਡ ਕਰਨੀ ਆ। ਠੀਕ ਹੈ। ਇਹਨਾਂ ਦੱਸਿਆ f(1) f(3) 0 f(1) ਪੁੱਟ ਕਰੋ f(3) ਪੁੱਟ ਕਰੋ ਰੱਖ ਦੋ। 1 1 ਤੇ 3 ਫੰਕਸ਼ਨ ਚੱਕ ਵਾਰੀ ਪੁੱਟ ਕਰਕੇ ਨਾ ਰੱਖ ਦੋ 0। ਉੱਥੇ ਤੁਹਾਡੇ ਕੋਲ ਕਿ ਕੰਡੀਸ਼ਨਸ ਬਣ ਜਾਣਗੀਆਂ। ਤੇ ਆਪੋ 1 ਇਕੁਅਲ ਟੂ 1 3 ਦੇ ਬਰਾਬਰ ਆ ਦੇਣਾ ਦੋਨਾਂ ਨੂੰ ਫਿਰ ਇਦੇ ਸਬਟਰੈਕਟ ਕਰਕੇ ਇਥੋਂ ਕਰਕੇ ਸਾਡੇ ਕੋਲ ਵੈਲਿਊਜ਼ ਨਿਕਲਣਗੀਆਂ ਠੀਕ ਹੈ a ਤੇ b ਦੀ ਇੰਟਰਵਲ ਕ੍ਰੀਏਟ ਹੋ ਗਏ ਫਿਰ ਸਾਡੇ ਤੋਂ a ਤੇ b ਓਕੇ fx ਦਿੱਤਾ ਹੋਇਆ ਸਾਨੂੰ ਹੁਣ ਅਸੀਂ ਸਾਨੂੰ ਇਥੇ ਇੰਟਰਵਲ ਸੌਰੀ ਇਹਨਾਂ ਨੇ ਗਿਵਨ ਦਿੱਤੇ ਆ 1 ਤੇ 3 ਉਹਨਾਂ ਚੈੱਕ ਕੀਤਾ ਫੰਕਸ਼ਨ ਕੰਟੀਨਿਊਸ ਹੈ ਕਿਉਂਕਿ ਪੋਲੀਨੋਮੀਅਲ ਫੰਕਸ਼ਨ ਕੰਟੀਨਿਊਸ ਹੁੰਦੇ ਡੈਰੀਵੇਟਿਵ ਕਰਕੇ ਦੇਖੋ ਉਹ ਵੀ ਐਗਜ਼ਿਸਟ ਕਰ ਰਿਹਾ ਸੀ ਇੰਟਰਵਲ ਡੈਰੀਵੇਬਲ ਵੀ ਆ ਫਿਰ ਅਸੀਂ ਕਿਹਾ ਅਬ 1 ਤੇ 3 ਤੇ ਅਸੀਂ ਫੰਕਸ਼ਨ ਚੈੱਕ ਕੀਤਾ ਉਹ ਵੀ ਬਰਾਬਰ ਰੂਲ ਥਿਓਰਮ ਹੋ ਗਈ ਸੈਟੀਸਫਾਈ ਠੀਕ ਹੈ a ਤੇ b ਤਾਂ ਆਪਾਂ ਪਹਿਲੇ ਹੀ ਨਿਕਾਲ ਲਏ ਜਿਹੜਾ ਉਹਨਾਂ ਨੂੰ ਸਾਨੂੰ ਲੱਗ ਤੋਂ ਕੱਢਣ ਲਈ ਕਿਹਾ ਸੀ ਹੁਣ ਇੱਕ ਪੁਆਇੰਟ ਤਾਂ c ਹੋਏਗਾ ਉਸ ਇੰਟਰਵਲ ਦੇ ਸੱਚੇ ਦਾ ਉੱਥੇ ਉਹਦਾ ਡੈਰੀਵੇਟਿਵ ਕੀ ਹੋਏਗਾ ਇਕੁਅਲ ਟੂ 0 ਠੀਕ ਹੈ ਸੋ ਡੈਰੀਵੇਟਿਵ ਪੁੱਟ ਕਰ ਦੇਣਾ ਤੇ ਤੁਹ ਸ c ਦੀਆਂ ਵੈਲਿਊਜ਼ ਆ ਗਈਆਂ ਠੀਕ ਹੈ ਉਹ ਦੇਖ ਲੈਣਾ ਕਿਹੜੀ ਵੈਲਿਊ ਇਸ ਉਹਨਾਂ ਦੇ ਲਈ ਅੰਦਰ ਲਈ ਕਰਦੀ ਹੈ ਠੀਕ ਹੈ ਸੋ a ਸੀ ਕੁਝ ਕੁਐਸਚਨ ਦੇ ਵਿੱਚ ਰੋਲਸ ਥੀਰਮ ਸਾਰੀ ਕੰਪਲੀਟ ਕਰਾ ਦਿੱਤੀ ਮੈਂ ਨੈਕਸਟ ਦੇ ਵਿੱਚ ਜਿਹੜੇ ਮੀਨ ਵੈਲਿਊ ਥੀਰਮ ਲਿਕਰਾਂ ਦੇ ਮੀਨ ਵੈਲਿਊ ਥੀਰਮ ਉਹ ਕਰਵਾ ਦਵਾਂਗੀ ਸੋ ਦਾ ਕੁਐ ਜੇ ਵੀਡੀਓ ਪਸੰਦ ਆਇਆ ਲਾਈਕ ਐਂਡ ਕਮੈਂਟ ਕਰਕੇ ਦੱਸਣਾ ਥੈਂਕਸ ਫॉर ਵਾਚਿੰਗ ਦਾ ਵੀਡੀਓ